Imagine Mordabad! Imagine Mordabad! Imagine Mordabad! Jeff Mordabad! Jeff Mordabad! Imagine Mordabad! Imagine Mordabad! Imagine Mordabad! ਤੁਸੀਂ ਦੇਖ ਸਕਦੇ ਹੋ ਬੈਨਰ ਹੈ ਔਰ ਜਿਹੜੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਆ, ਮੈਂ ਕਹਿੰਦਾ ਅੱਜ ਤੱਕ ਇੰਨੀ ਮਾਰੀ ਹਰਕਤ ਕਦੇ ਨਹੀਂ ਜ਼ਿੰਦਗੀ 'ਚ ਅਸੀਂ ਦੇਖੀ। ਇੱਕ ਟੋਇਲਟ ਸੀਟਾਂ 'ਤੇ ਦਰਬਾਰ ਸਾਹਿਬ ਦੀ ਫੋਟੋ ਲਾਈ ਆ, ਸ਼ਿਵਜੀ ਮਹਾਰਾਜ ਦੀ ਫੋਟੋ ਲਾਈ ਆ। ਮੈਂ ਤਾਂ ਇਹ ਬੇਨਤੀ ਕਰਨਾ ਚਾਹੁੰਦਾ, ਜਿਹੜੇ ਇਹਨਾਂ ਨੇ ਆਪਣੇ ਮੁਲਾਜ਼ਮ ਖੜਾਏ ਆ, ਚਾਹੇ ਪੁਲਿਸ ਫੋਰਸ ਆ, ਸਾਰੀ ਧਾਰਮਿਕ ਭਾਵਨਾਵਾਂ ਨਾਲ ਜੁੜੀ ਆ, ਇਹਨਾਂ ਨੂੰ ਆਪ ਹੀ ਚਾਹੀਦਾ ਸੀ ਇਹਨਾਂ 'ਤੇ ਪਰਚਾ ਦਰਜ ਕਰਕੇ ਇਹਨਾਂ ਦੀਆਂ ਬੰਦ ਕਰਾਉਂਦਾ ਜਿਹੜੇ ਆਫਿਸ ਸੀ। ਪਰ ਜੇ ਕੰਮ ਇਹਨਾਂ ਤੋਂ ਨਹੀਂ ਹੁੰਦਾ ਇਹ ਅਸੀਂ ਕਰਾਵਾਂਗੇ, ਅਤੇ ਜਿੰਨਾ ਚਿਰ ਇਹ ਕੰਮ ਨਹੀਂ ਹੋ ਜਾਂਦਾ, ਸਾਨੂੰ ਕੁਛ ਵੀ ਕਰਨਾ ਪੈ ਜੇ, ਕਿਸੇ ਵੀ ਹੱਦ ਤੱਕ ਜਾਣਾ ਪੈ ਜੇ, ਅਸੀਂ ਇਹਨੂੰ ਬੰਦ ਕਰਾ ਕੇ ਸਰਕਾਰ ਦੇ ਨੋਟਿਸ 'ਚ ਵੀ ਇਹ ਗੱਲ ਆਈ ਹੈ, ਪਰ ਦੇਖੋ ਜੀ ਸਰਕਾਰ ਤਾਂ ਬੈਠੀ ਉੱਥੇ ਟਵੀਟ ਹੀ ਕਰ ਰਹੀ ਹੈ ਜੀ, ਹੋਰ ਤਾਂ ਸਰਕਾਰ ਦੇ ਨੋਟਿਸ 'ਚ ਕੁਛ ਨਹੀਂ ਆਇਆ ਜੀ। ਕਿਤੇ ਕੋਈ ਇਹੀ ਸਿਆਸੀ ਮਸਲਾ ਹੋਵੇ ਨਾ ਜੀ, ਦੇਖੋ ਕਿੱਦਾਂ ਖੇਡਦੇ ਆ, ਇਹ ਇੱਕ ਵੱਡੀ ਕੰਪਨੀ ਨਾਲ ਮਸਲਾ, ਇੱਕ ਪੈਸੇ ਵਾਲੀ ਕੰਪਨੀ ਨਾਲ ਮਸਲਾ, ਸਰਕਾਰ ਨੂੰ ਕੁਛ ਨਹੀਂ ਨਜ਼ਰ ਆ ਰਿਹਾ। ਇਹ ਤਾਂ ਸਾਨੂੰ ਨੌਜਵਾਨ ਪੀੜ੍ਹੀ ਨੂੰ ਸਾਰਿਆਂ ਨੂੰ ਅੱਗੇ ਆ ਕੇ ਇਹ ਕੰਮ 'ਚ ਅੱਗੇ ਹੋ ਕੇ ਬੰਦ ਕਰਾਉਣਾ ਚਾਹੀਦਾ। ਪੰਜਾਬ ਦਾ ਮਾਹੌਲ ਖਰਾਬ ਕਰਨ ਵਾਸਤੇ ਕੋਈ ਨਾ ਕੋਈ ਡਰਾਮੇਬਾਜ਼ੀ ਹੋ ਜਾਂਦੀ ਹੈ। ਮੈਂ ਹੈਰਾਨ ਹਾਂ, USA 'ਚ ਬੈਠੇ ਜਿਹੜੇ ਐਮਾਜ਼ੋਨ ਦੇ CEO ਜੈਫ ਹੈ, ਉਹਨੇ ਇੱਕ ਨਵੀਂ ਖੇਡ ਰਚੀ ਹੈ ਸਾਰੇ ਧਰਮਾਂ ਨੂੰ। ਦਰਬਾਰ ਸਾਹਿਬ ਜਿੱਥੇ ਸਾਰਿਆਂ ਦਾ ਸਿਰ ਝੁੱਕ ਜਾਂਦਾ, ਉਹਨੂੰ ਟੋਇਲਟ ਸੀਟ 'ਤੇ ਲਾ ਕੇ ਇੱਕ ਡਰਾਮਾ ਕੱਚਿਆ, ਕੋਈ ਧਰਮ ਵੀ ਨਹੀਂ ਛੱਡਿਆ, ਚਾਹੇ ਹਿੰਦੂ ਧਰਮ ਹੈ, ਚਾਹੇ ਮੁਸਲਮਾਨ ਧਰਮ ਹੈ, ਚਾਹੇ ਕ੍ਰਿਸਚਨ ਧਰਮ ਹੈ, ਸਾਰਿਆਂ ਦੀ ਫੋਟੋ ਟੋਇਲਟ ਸੀਟ 'ਤੇ ਲਾਤੀ ਆ। ਉਹਨਾਂ 'ਤੇ ਪੈਸਾ ਇੰਨਾ ਭਾਰੂ ਹੋ ਗਿਆ, ਸਾਡੀਆਂ ਜਾਨਾਂ ਵੀ ਕਿਉਂ ਨਾ ਚਲੇ ਜਾਵੇ, ਅਸੀਂ ਐਮਾਜ਼ੋਨ ਦਫ਼ਤਰ ਬੰਦ ਕਰਾ ਕੇ ਰਵਾਂਗੇ, ਇਹਨਾਂ 'ਤੇ FIR ਵੀ ਦਰਜ ਕਰਾਵਾਂਗੇ ਜਦ ਤੱਕ ਸਾਡਾ ਸੰਘਰਸ਼ ਜਾਰੀ ਹੋਊਗਾ। ਅਤੇ ਦੂਜੀ ਗੱਲ, ਮੈਂ ਅੱਜ ਹੈਰਾਨ ਉਹਨਾਂ ਜਿਹੜੇ ਬਰਗਾਰੀ ਬੈਠੇ, ਅੱਜ ਚੁੱਪ ਕਰਕੇ ਬੈਠੇ ਆ ਕਿ ਦਰਬਾਰ ਸਾਹਿਬ ਦੀ ਫੋਟੋ ਟੋਇਲਟ ਸੀਟ ਦੇ ਥੱਲੇ ਲੱਗਣੀ ਚਾਹੀਦੀ, ਪੈਰਾਂ 'ਚ ਲੱਗਣੀ ਚਾਹੀਦੀ ਆ, ਇੰਨਾ ਮਾੜਾ ਕੰਮ ਨਹੀਂ ਬੋਲੇ। ਤਾਂ ਕੈਪਟਨ ਸਾਹਿਬ ਨੇ ਅੱਜ ਸਿਰਫ ਟਵੀਟ ਕਰਤਾ ਕਿ ਇਹ ਗਲਤ ਕੰਮ ਹੋ ਰਿਹਾ। ਮੈਂ ਕਹਿੰਦਾ ਟਵੀਟ ਕੀ ਤੁਹਾਡਾ, ਤੁਹਾਡੀ ਧਾਰਮਿਕ ਭਾਵਾਂ ਨਾਲ ਭੜਕੀ ਨਹੀਂ, ਕੀ ਤੁਹਾਡਾ ਫਰਜ਼ ਨਹੀਂ ਬਣਦਾ ਪਰਚਾ ਕਿਰਤਾ ਜਿੱਦਾਂ ਅੱਜ ਖੁੱਲ੍ਹੇਆਮ ਐਮਾਜ਼ੋਨ ਦੇ ਦਫ਼ਤਰ ਚੱਲ ਰਿਹਾ ਸੀ, ਅੱਜ ਬੰਦ ਕਰਾਉਣਾ ਹੈ ਸਾਹਨੇਵਾਲ ਦੇ ਵਿੱਚ, ਅਸੀਂ ਬੰਦ ਕਰਾ ਕੇ ਵੀ ਜਾਵਾਂਗੇ, ਤਦ ਤੱਕ ਸਾਡਾ ਸੰਘਰਸ਼ ਜਾਰੀ ਰਹੋ ਜਦ ਤੱਕ ਇਹ ਕੰਮ ਖਤਮ ਨਹੀਂ ਹੋ ਜਾਂਦਾ। ਇਸ ਦੇ ਨਾਲ ਹੀ ਇਜਾਜ਼ਤ ਦਿਓ, ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇਖਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਅਤੇ ਨਾਲ ਹੀ ਘੰਟੀ ਵਾਲੇ ਬਟਨ ਨੂੰ ਦਬਾਉਣਾ ਨਾ ਭੁੱਲਣਾ, ਜਿਸ ਨਾਲ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੀ ਮੋਬਾਈਲ ਸਕਰੀਨ 'ਤੇ ਸਭ ਤੋਂ ਪਹਿਲਾਂ ਮਿਲ ਸਕੇ। ਤੁਹਾਡਾ ਦਿਨ ਸ਼ੁਭ ਰਹੇ, ਧੰਨਵਾਦ।